दिमाग पत्थर का दिल चाहिए दिमाग दी रख फट जांदी है। अच्छा जी, एमबीबीएस ते तुसी यो नसीब चंगा करे। आप चंगे रिश्ता भी चंगा लगे। जवान होके फिर जिस दिन फिरेगा तेरा ब्याह करेंगे। हूं तुम अम्मा नाल जाके कम कराओ। चल तेरा ब्याह हो जाएगा, अंदर मेरा कम देखा ब्याह ते आ ठीक ठाक मालिक मकान कितने कितने गया एडी मोटी तेरी अख है अन्ना होया मैं मालिक मकान तुसी मालिक मकान हो ना लगते नहीं हो। मेरा मतलब है सरकार गल के आपा वड्डे पहलवान तू चुप करेगा ते मैं कुछ बोलांगी ना। एनु ही असि किराया फड़ा के गए आ ते नाले स्कूटी भी तो दित्ती है। आहो एना नु स्कूटी दित्ती है किराया दित्ता है। ओ स्कूटी किन्नी दित्ती जे 5 लाख। 5 लाख एनु को 5000 नहीं देंदा। मेरा मतलब है 5 लाख स्कूटी दे दित्ती है। की करते हो? अच्छा हूं चलो असि भगवान जी कैंडे च कैंडे च ओ मल्लू जो तो नहीं तू समझ राम ना राम ना राम ना राम ना मैं भी कदे पहलवान था। अच्छा की होया बीमारी बाहर देता मैं बीमारी रह गई। हाय 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 चल ले है मेरा बच्चा। हां जी इना मेनू एडवांस भी देता ठीक है। बस तू तड़फदा तू कौन है भाई? मैं ओ आपा मैं कौन है भरा? वड्डा वड्डा पहलवान है। हां वड्डा पहलवान है ए मेरा निक्का भरा। लेकिन मैं हफ्ते बाद मेरी धी का व्याह अज अज मकान नहीं लग सकता। ओहो बाबा जी गल थी धी का व्याह है तो कोई गल नहीं है। असि के व्याह रोकड़ आए हैं तुसी व्याह करो पर सानू मकान दिया चाबियां दे। दिमाग खराब होया मैं कोई गल करना कुछ गल करता ना। दिमाग नहीं खराब होया असि मकान जड़ा वो पहला छड़ आए हैं समझ आ गई ना। ओ असि ट्राली समान ही ले आए हैं। हां जी यानी पक्के पक्के आ गए हो तो पक्के अरे घर जाके पीछे रह गया जी।
ਉਹ ਸਾਰੇ ਘਰ ਦੀ ਆ ਗਈ ਆ ਬਾਕੀ ਉਹ ਸੀ ਕਰਾਇਆ ਦਿੱਤਾ ਸਕਿਉਰਟੀ ਦਿੱਤੀ ਹੈ ਮਜਬੂਰ ਕਰ ਦਿੱਤਾ ਤੁਸੀਂ ਤੇਰੇ ਕਰਦੇ ਸਾਰਾ ਮਕਾਨ ਖਾਲੀ ਕਰਕੇ ਤੁਹਾਡੇ ਵੱਲ ਕੇ ਆਪੂ ਝੁੱਗੀ ਲਾ ਲਓ ਬਾਹਰ ਓ ਬਾਬਾ ਨੋ ਪਲਵਾਨ ਜੀ ਕੈਂਡੇ ਚ ਦਵੋ ਲੈ ਚਾਬੀਆਂ ਲੈ ਚਾਬੀਆਂ ਪਲਵਾਨ ਜੀ 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 ਮੇਰਾ ਮਤਲਬ ਹੈ ਕਿ ਨਾਲ ਹੀ ਪੋਸ਼ਨ ਹੈ ਉੱਥੇ ਜਾ ਕੇ ਤੁਸੀਂ ਆਰਾਮ ਕਰੋ ਠੀਕ ਹੋ ਗਿਆ ਜੀ ਤੁਹਾਡਾ ਵੀ ਕੰਮ ਹੋ ਜਾਏ ਤੇ ਸਾਡਾ ਵੀ ਕੰਮ ਠੀਕ ਹੈ ਲੋ ਆਪਾਂ ਚੱਲੀਏ ਫਿਰ ਚੱਲ ਚੱਲ ਹਾਏ ਸੱਚੀ ਮੈਂ ਤੁਹਾਨੂੰ ਦੱਸਣਾ ਸੀਗਾ ਚਾਚਾ ਜੀ ਹਾਏ ਸਮਿਆਨ ਪੈਕ ਕਰ ਕਰਕੇ ਮੇਰੇ ਤੇ ਛਾਲੇ ਪੈ ਗਏ ਹੱਥਾਂ ਨੂੰ ਬੜਾ ਕੰਮ ਕੀਤਾ ਆਪਾਂ ਨੇ ਹੱਥ ਨਾ ਲਾਣਾ ਜੀ ਚਲੋ ਆਓ ਠੀਕ ਹੈ ਚਾਚਾ ਮਸਵਾਕ ਚਲੋ ਬਾਜੀ 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 ਜੀ ਬਾਜੀ ਦੀ ਜਾਨ ਮੈਂ ਸੁਣਿਆ ਤੁਹਾਡਾ ਵਿਆਹ ਹੋ ਰਿਹਾ ਬਿਲਕੁਲ ਠੀਕ ਸੁਣਿਆ ਮੇਰਾ ਵਿਆਹ ਹੋ ਰਿਹਾ ਤੁਸੀਂ ਕਿਹੜਾ ਘਰ ਸਾਨੂੰ ਦਿੱਤਾ ਹੈ ਅੱਲਾ ਦਾ ਨਾਂ ਜੇ ਛੱਤਾਂ ਤੇ ਜਾ ਕੇ ਛੱਤ ਵੇਖੋ ਇਹਨਾਂ ਨੇ ਵੱਡੇ ਟੋਏ ਹੋਏ ਆ ਮੈਂ ਦੱਸ ਪਹਿਲਵਾਨ ਵੱਡੇ ਪਹਿਲਵਾਨ ਦੇ ਟੋਏ ਹੋਏ ਨੇ ਹਾਂ ਕੀ ਹੋ ਗਿਆ ਚਾਚਾ 5 ਲੱਖ ਰੁਪਈਆ ਦਿੱਤਾ ਸਕਿਉਰਟੀ ਤੇ 50,000 ਕਰਾਇਆ ਟੂਟੀਆਂ ਨੀ ਲੱਗੀਆਂ ਉਹ ਲਾਲਾ ਪਾਣੀ ਵੀ ਕੋਈ ਆਉਂਦਾ ਉਹ ਪਾਣੀ ਕਿੱਥੋਂ ਆਣਾ ਨਾ ਟੂਟੀਆਂ ਉੱਤੇ ਟੈਂਕੀ ਵੀ ਕੋਈ ਨੀ ਪਾਣੀ ਕਿੱਥੋਂ ਆਣਾ ਲੈ ਦੱਸ ਓਏ ਪਹਿਲਵਾਨ ਕੀ ਪਰਨਾ ਦੇ ਮੂੰਹ ਤੇਰਾ ਉਹ ਗੱਲ ਤੇ ਸੁਣ ਮੇਰੀ ਹੈ ਤੁਹਾਨੂੰ 7 ਦਿਨ ਦਾ ਟਾਈਮ ਦਿੱਤਾ ਸੀ 7 ਦਿਨ ਤੋਂ ਪਹਿਲਾਂ ਸਾਰਾ ਕੰਮ ਕਰਾ ਦੇਣਾ ਸੀ ਟੂਟੀਆਂ ਵੀ ਲੱਗ ਜਾਣੀਆਂ ਸਨ ਪਰ ਸਾਰੇ ਪਲੰਬਰ ਨੂੰ ਮੱਕੀ ਹੈ ਸੀ ਸਾਰਾ ਕੋਈ ਟੈਂਕੀ ਵੀ ਇੱਥੇ ਟਿਕ ਜਾਣੀ ਸੀ ਉਹ ਚਾਚਾ ਰੋਬਨ ਹੋ ਜੇ ਟੋਏ ਪਹਿਣ ਜਾਣਾ ਤੁਹਾਨੂੰ ਚਾਚਾ ਮੇਰੀ ਗੱਲ ਸਮਝ ਨਹੀਂ ਪਈ ਆਉਂਦੀ ਮੈਂ ਕਹਿਣਾ ਪਿਆ ਕਿ ਕੈਂਡੇ ਚ ਰਹਿ ਕੈਂਡੇ ਚ ਰਹਿ ਉਹ ਮਰਸ ਬਜਾ ਉਹ ਲਾਲਾ ਨਾ ਕਰ ਚੁੱਕ ਪੈ ਜਾਣੀਆਂ ਨਾ 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 ਵੱਡੇ ਪਹਿਲਵਾਨ ਨਾ ਇਸ ਤਰ੍ਹਾਂ ਨਹੀਂ ਕਰਨਾ ਬਿਲਕੁਲ ਆਰਾਮ ਨਾਲ ਚਾਚੇ ਨਾਲ ਗੱਲ ਕਰਨੀ ਹੈ ਪਹਿਲਵਾਨ ਦੀ ਗੱਲ ਇਹ ਹੈ ਕਿ ਸੁਬਹਾ ਤੁਸੀਂ ਮੇਰੇ ਨਾਲ ਸਵੇਰੇ ਚੱਲਣਾ ਠੀਕ ਹੈ ਠੀਕ ਹੋ ਗਿਆ ਤੁਹਾਨੂੰ ਆਪਣੀ ਪਸੰਦ ਦੀਆਂ ਟੂਟੀਆਂ ਲੈ ਲੈਣੀਆਂ ਪਲੰਬਰ ਤੁਹਾਡੇ ਸਾਹਮਣੇ ਆਪਣੇ ਪਸੰਦ ਦੀ ਉਹ ਹਾਕਿਆ ਦਿਨ ਉਹਨੂੰ ਟੈਂਕੀ ਟੈਂਕੀ ਆਪਣੀ ਪਸੰਦ ਦੀ ਲਾ ਦੇਵੇ ਇੱਕ 3 ਦਿਨ ਦੇ ਅੰਦਰ ਸਾਰਾ ਕੰਮ ਕੰਪਲੀਟ ਔਖਿਆ ਸੌਖਿਆ ਕੰਮ ਝੁੱਗੀਆਂ ਵੀ ਤਾਂ ਬੰਦਾ ਰਹਿੰਦਾ ਨਹੀਂ ਮੇਰਾ ਮਤਲਬ ਔਖਾ ਸੌਖਾ ਕੇ ਗਿਆ ਮੈਂ ਵੀ ਬੜੀ ਇੱਜ਼ਤ ਕਰਨਾ ਤੇਰੀਆਂ ਮੈਂ ਇਤਰਾਮ ਕਰਦੇ ਆ ਚਾਚਾ ਚੁਈ ਗੱਲ ਸੁਣੋ ਮੇਰੀ ਤੁਸੀਂ ਇਸ ਤਰ੍ਹਾਂ ਕਰੋ ਕਿ ਇੱਕ 2 ਦਿਨ ਸਬਰ ਕਰ ਜਾਓ ਅੱਜ ਸਾਡੀ ਧੀ ਦੀ ਰੁਖਸਤੀ ਹੋ ਜਾਵੇ ਤੁਹਾਨੂੰ ਹਰ ਕੰਮ ਕਰਾ ਦੇਵਾਂਗੇ ਹੁਣ ਤੁਸੀਂ ਜਾਓ ਅੱਲਾ ਦਿਨ ਸੀ ਬਹੁਤ ਚੰਗਾ ਆਮੀਨ ਚਲੋ ਆਪਾਂ ਫਿਰ ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ ਵੈਸੇ ਕੀ ਵੇਖਿਆ ਸਾ ਜੀ ਅਬ ਕੀ ਮਤਲਬ ਚਲੋ ਠੀਕ ਹੈ ਆ ਜਾਓ ਆਪਾਂ ਫਿਰ ਚੱਲੀਏ ਚੱਲ ਜਾਓ ਤੁਸੀਂ ਹੋ ਜਾਏਗਾ ਕੰਮ ਸਾਰਾ ਅੱਛਾ ਠੀਕ ਹੈ ਠੀਕ ਅੱਛਾ ਚਾਚੀ ਚਾਚਾ ਜੀ ਮਿਹਰਬਾਨੀ ਤੁਹਾਡੀ ਵਜ੍ਹਾ ਤੋਂ ਮੈਂ ਵੀ ਚਾਚੀ ਬਣ ਗਈ
चाची ने के ही होना के रह गए का पाइया ने बैठो बड़ा आया पलवान तेरी पलवान त्रै दिन बाद तेरी फूक निकली होनी तू मेरे रोया था पलवान लगेगा मैं लौड़ेगा नूरी ए नूरी जी अम्मा आ गई की कर रही सी है मैनू परेशानी पई हुई है तो तू किधर गायब सी है अम्मा तेनू कितनी परेशानी है ओ किराएदार आ गए ने किराएदार आ गए ने आहो ए कदों आया तेनू नहीं पता मैं दसदी हां तेरे प्यो ने किराए ते मकान जेड़ा लाया सी ना ओना नु किया सी अठ दिन बाद आना लेकिन ओ अज ही समान समेत आ गए ने हाय अल्लाह ते हुन की करंगे असी की करना है मेरे सिर ते तेरे प्यो ने स्यापा पा देता है मेनू समझ नहीं लगती हुन के करा मैं इना दा अम्मा वैसे आपस दी गल है वेखने विच कैसे लग रहे ने वेखण विच मैं तेनू दसदी हां इन्नी कुपत्ती जनानी है इन्नी कुपत्ती जनानी है अल्लाह माफ करे ते नाल दो मुस्टंडे भरावां नू लैके आ गए है हाय अम्मा मेरा तो दिल बैठा जा रहा है अब मेरे लिए इतनी शेयर भी नहीं कि लड़ाई झगड़ा कर सके नी तेरे प्यो ने केड़ा उन्होंने ना पोड़ी खेड़नी है अम्मा मनु नहीं पता हुन अब बिना कोई जाके सलाम मशवरा करना उन्होंने कट ठीक है लगता है हुन मेनू ही कुछ करना पड़ेगा आहो मैं तेरे अब बिना सलाह मशवरा करती हां ते उन्होंने नसाण वाला काम करती हां छेती जा आहो जा जाके जल्दी ना अब बिना छेती छेती गल करी अल्लाह जी ਤੁਹਾਨੂੰ ਮੈਂ ਕਿੰਨੀ ਵਾਰੀ ਸਮਝਾਇਆ ਸੀ ਕਿ ਜਦ ਤੱਕ ਕੁੜੀ ਦੀ ਰੁਖਸਤੀ ਨਹੀਂ ਹੁੰਦੀ ਤੇ ਮਕਾਨ ਕਿਰਾਏ ਤੇ ਨਾ ਦਿਓ ਉਹ ਬਾਬਲੇ ਆਏ ਰੋਜ਼ੀ ਨੂੰ ਲੱਤ ਨਹੀਂ ਮਾਰਦੀ ਚਾਚੀ 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 ਕਿੰਨੂੰ ਕਹਿ ਰਹੇ ਹੋ ਤੁਸੀਂ ਤੁਹਾਨੂੰ ਨਾ ਤੇ ਮੈਂ ਤੁਹਾਨੂੰ ਚਾਚੀ ਨਾ ਕਹਾਂ ਤੇ ਕੀ ਕਹਾਂ ਤੁਸੀਂ ਬਾਰ ਬਾਰ ਮੈਨੂੰ ਚਾਚੀ ਕਿਉਂ ਕਹਿ ਜਾ ਰਹੇ ਹੋ ਲੈ ਦੱਸ ਮੈਂ ਸਿਰਫ 10 ਸਾਲ ਛੋਟੀ ਹਾਂ ਤੁਹਾਡੇ ਕੋਲੋਂ ਕਬੂਲ ਹੈ कबूल है बस 10 साल छोटी है मैं कह रहा कबूल है बाकी 10 साल छोटी है ले दस मेरी गाल नहीं भुला दी किधर आए चाची हाय ते तुसी ते बैठे जी एने चानने ड्रैंग रूम च सोफे ते आराम कर रहे जे ते असी नेरे च खुबे होया एक बल्ब नहीं लाइट कोई नहीं जे अपने अपने नसीब ना दिए बालो दिए मजारा दे बल देना ओ बालो आहो ठीक कह रहे ने को बत्ती बालो ओ लाए नहीं करो तुम्हीं ओ नहीं है मोमबत्तियां बहुत सारी मोमबत्तियां ले के बालो को पूछे जा हो चाची दे सर गिरा बल्ले 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 हो चाचा ओ सी एने पैसे खर्च करके ते इत्थे मोमबत्तियां बालण आए गल करो कोई नेड़े हो जा और चाचा तू इस तरह करना साढ़े पैसे वापस कर दे 5 लाख रुपए वापस कर दे हाँ बिल्कुल बिल्कुल असा ते रहना ही नहीं क्यों आप बिल्कुल असी नहीं रहना इत्थे ना पानी ना बिजली ना नकाह तोड़ नहीं मतलब लम्मी ना करो बस साढ़े पैसे दो ओ पैसे दियो ओके आगे पैसे दे दी वाली डोरा हो गया पैसे दियो ते जे ना दिया दे फिर उस पैसे को लाना मेरा मतलब है तू भी को गाल करना ओ चाचा और तेरी मेहनत करते हैं तेरे छन पैसे अब बाजी अब मैं क्यों नहीं समझानी अब्बा ओ ना बार बार क्यों निकाह तोड़नी है ना मैं एक बारी प्यार करना हूं पैसे कर दे चाचा हां तो बिल्कुल नहीं कटांगा नहीं करने नहीं कटने ला मैं कर लूंगा मालिक मकान बने पहलवान जी एडी खोपड़ी है तुहाडी एडा मुंह जे एडी मोटी आके अकर नाल जी ने ओए मालिक मकान न अच्छा अच्छा ये हो सकदे नहीं ते कोई नहीं ये मालिक मकान है न अच्छा है ने ये मालिक मकान उस तो बाद मैं लिया ठीक है फिर मैं मालिक मकान बनया ठीक है हुन तो समझ दिता
मकान किराए लैके अगर किराए देने एडवांस लैके नस जाने। अच्छा ते सारी कहानी ए आपा हाँ।